call the next candidate. Next. Sit. Name? Sir Rajveer. Sir Rajveer ya sirf Rajveer? Sirf Rajveer. Tuhade to pehla 15 hor candidate interview deke gaye ne. Tuhade vich unna to ki vakhra hai? Tusi eh job kyon deserve karde ho? Is interview de khatam hon to baad ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਜੌਬ ਡਿਜ਼ਰਵ ਕਰਦਾ ਜਾਂ ਨਹੀਂ। ਇੰਪ੍ਰੈਸਿਵ। ਤੁਹਾਡੀ ਕੁਆਲੀਫਿਕੇਸ਼ਨ ਦੀ ਗੱਲ ਅਸੀਂ ਬਾਅਦ 'ਚ ਕਰਾਂਗੇ। ਸਿਮਰਨ, ਗੋ ਹੈਡ। ਸੋ ਯੂ ਹੈਵ ਅ ਗੁੱਡ ਪਰਸਨੈਲਿਟੀ। ਗਰਲਫ੍ਰੈਂਡ ਤਾਂ ਹੋਣੀ ਤੁਹਾਡੀ? ਜੀ ਨਹੀਂ। ਓਕੇ, ਚਲੋ ਇਮੈਜਿਨ ਅਗਰ ਤੁਹਾਨੂੰ ਦੋ ਕੁੜੀਆਂ ਵਿੱਚੋਂ ਇੱਕ ਚੂਜ਼ ਕਰਨੀ ਹੋਏ। ਵਨ ਵਿਚ ਇਜ਼ ਲੋਇਲ ਬਟ ਨੋਟ ਹੋਟ ਐਂਡ ਦ ਅਦਰ ਹੂ ਇਜ਼ ਹੋਟ ਬਟ ਨੋਟ ਲੋਇਲ, ਹੂਮ ਵੁੱਡ ਯੂ ਚੂਜ਼? Are these the only girls? Yeah, these are the only two girls on the planet. Any other man? You are the last man. Kyun? Then ma'am, I think I'll choose the hot one. Because her loyalty is not going to be a question for me. Smart answer. Eh hun tak da sab to honest answer siga. I'm impressed. Please. ਤੁਸੀਂ ਸਾਡੀ ਕੰਪਨੀ ਤੋਂ ਕੀ ਐਕਸਪੈਕਟ ਕਰਦੇ ਹੋ? ਸੈਲਰੀਜ਼ ਤਾਂ ਸਾਰੀ ਕੰਪਨੀਜ਼ ਦਿੰਦੀਆਂ ਨੇ, ਬਟ ਰੈਕਗਨੀਸ਼ਨ, ਰਿਸਪੈਕਟ ਅਤੇ ਸੈਂਸ ਆਫ ਓਨਰਸ਼ਿਪ ਹਰ ਕੰਪਨੀ ਆਫਰ ਨਹੀਂ ਕਰ ਸਕਦੀ। ਬਾਕੀ ਗੱਲ ਰਹੀ ਮੇਰੀ ਕਾਬਲੀਅਤ ਦੀ, ਉਹ ਤੁਹਾਨੂੰ ਇੰਟਰਵਿਊ ਤੋਂ ਬਾਅਦ ਪਤਾ ਲੱਗ ਜਾਏਗੀ। ਯੂਅਰ ਸਟੇਟ ਫੋਰਵਰਡ ਐਟੀਟਿਊਡ ਐਕਚੁਅਲੀ ਨੋਟ ਸੂਟੇਬਲ ਫੋਰ ਆਵਰ ਮਾਰਕੀਟਿੰਗ ਕੰਪਨੀ। ਚਲੋ ਲੈਟਸ ਚੇਂਜ ਦਾ ਟੋਪਿਕ। ਰਾਜਵੀਰ, USA ਇਲੈਕਸ਼ਨ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ, ਤੁਹਾਡੇ ਕੀ ਵਿਚਾਰ ਨੇ? ਸਰ, USA ਇਲੈਕਸ਼ਨ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਨਾ ਹੀ ਮੈਂ ਕੁਝ ਜਾਣਨਾ ਚਾਹੁੰਦਾ। ਆਈ ਲਵ ਐਂਡ ਰਿਸਪੈਕਟ ਦ ਕੰਟਰੀ ਦੈਟ ਆਈ ਲਿਵ ਇਨ, ਨਥਿੰਗ ਐਲਸ ਮੈਟਰਸ ਟੂ ਮੀ ਮੋਰ ਦੈਨ ਇੰਡੀਆ। ਤੁਸੀਂ ਮੈਨੂੰ ਇੰਡੀਆ ਬਾਰੇ ਕੁਝ ਵੀ ਪੁੱਛ ਸਕਦੇ ਹੋ ਐਂਡ ਆਈ ਐਮ ਸ਼ੋਰ ਆਈ ਕੈਨ ਆਨਸਰ ਇਟ। ਓਕੇ, ਹੁਣ ਤੁਹਾਡੀ ਸਿਰਫ ਇੰਡੀਆ ਬਾਰੇ ਨੌਲੇਜ ਚੈੱਕ ਕਰਦੇ ਹਾਂ। ਸ਼ੋਰ। ਇੰਡੀਆ ਨੂੰ ਇੰਡੀਪੈਂਡੈਂਸ ਕਦੋਂ ਮਿਲੀ ਸੀ? 15th August 1947। ਇੰਡੀਆ ਦਾ ਫਸਟ ਪ੍ਰੈਜ਼ੀਡੈਂਟ? ਡਾਕਟਰ ਰਾਜੇਂਦਰ ਪ੍ਰਸਾਦ। ਇੰਡੀਆ ਰਿਪਬਲਿਕ ਕਦੋਂ ਹੋਇਆ ਸੀ? 26th of January 1950। ਰਿਪਬਲਿਕ ਦਾ ਕੀ ਮਤਲਬ ਹੈ? ਰਿਪਬਲਿਕ ਉਹ ਸਟੇਟ ਹੁੰਦੀ ਹੈ ਜਿਸ ਵਿੱਚ ਸੁਪਰੀਮ ਪਾਵਰ ਦੇਸ਼ ਦੇ ਲੋਕਾਂ ਕੋਲ ਅਤੇ ਦੇਸ਼ ਦੇ ਲੋਕਾਂ ਦੇ ਇਲੈਕਟਿਡ ਰੈਪ੍ਰੈਜ਼ੈਂਟੇਟਿਵਸ ਕੋਲ ਹੁੰਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਨੈਸ਼ਨਲ ਐਂਥਮ ਕਿਹਨੇ ਲਿਖਿਆ ਸੀ? ਡਾਕਟਰ ਰਵਿੰਦਰ ਨਾਥ ਟੈਗੋਰ। ਓਕੇ, ਸਿੰਗ ਇਟ ਫੋਰ ਮੀ। ਸ਼ੋਰ। जनगण मन अधिनायक जय हे भारत भाग्य विधाता। स्टॉप। पंजाब सिंध गुजरात मराठा द्राविड़ उत्कल बंग विंध्य हिमाचल यमुना गंगा उच्छल जलधि तरंग तव शुभ नामे जागे तव शुभ आशीष मागे गाहे तव जय गाथा जन गण मंगल दायक जय हे भारत भाग्य विधाता जय हे जय हे जय हे जय 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 हे। ਸਰ, ਬੁਰਾ ਨਾ ਮਨਾਇਓ, ਪਰ ਇਸ ਦੇਸ਼ ਨੇ ਤੁਹਾਡੀ ਇਹ ਕੰਪਨੀ ਖੜੀ ਕਰਤੀ ਅਤੇ ਤੁਹਾਨੂੰ ਇੰਨਾ ਸੋਚਣਾ ਪਿਆ ਦੇਸ਼ ਦੇ ਸਨਮਾਨ ਵਿੱਚ ਖੜ੍ਹੇ ਹੋਣ ਲਈ। ਤੁਹਾਡੇ ਤੋਂ ਚੰਗਾ ਤਾਂ ਤੁਹਾਡਾ ਪੀਅਨ ਹੀ ਹੈ। ਰਾਜਵੀਰ, ਤੈਨੂੰ ਪਤਾ ਤੂੰ ਕਿਹਦੇ ਨਾਲ ਗੱਲ ਕਰ ਰਿਹਾ? ਮੈਂ ਇਸ ਕੰਪਨੀ ਦਾ MD ਹਾਂ। ਜਾਣਦਾ ਸਰ, ਚੰਗੀ ਤਰ੍ਹਾਂ ਜਾਣਦਾ। ਥੈਂਕ ਯੂ ਵੈਰੀ ਮੱਚ। ਰਾਜਵੀਰ, ਹੈਵ ਏ ਸੀਟ। ਰਾਜਵੀਰ, ਅੱਜ ਮੈਂ 15 ਤੋਂ ਵੱਧ ਇੰਟਰਵਿਊ ਲੈ ਚੁੱਕਾ ਹਾਂ, ਪਰ ਤੂੰ ਇਕੱਲਾ ਉਹ ਕੈਂਡੀਡੇਟ ਹੈ
जिसनों अपने देश की कदर ही नहीं सगो प्यार भी। मेरे बार बार स्टॉप कहते सारे कैंडिडेट एकदम बह गए, पर तू टस तो मस नहीं होया। आई एम रियली प्राउड ऑफ यू। मैं तेनू अज अपनी कंपनी का हिस्सा बनाने मैं बड़ा फक्र महसूस करांगा। कॉन्ग्रेचुलेशन, यू डिजर्व द जॉब। थैंक यू।